ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਦੁਨੀਆ ਭਰ ਦੇ ਪੰਜਾਬੀਆਂ ਦਾ। ਮੈਂ ਇੱਕ ਵਾਰੀ ਫਿਰ ਹਾਜ਼ਰ ਹਾਂ ਔਰ ਮੇਰੇ ਨਾਲ ਮੌਜੂਦ ਨੇ ਰਾਜੀਵ ਭਾਸਕਰ ਜੀ, ਸੀਨੀਅਰ ਪੱਤਰਕਾਰ ਨੇ। ਔਰ ਸਭ ਤੋਂ ਪਹਿਲਾਂ ਰਾਜੀਵ ਜੀ ਤੁਹਾਡਾ ਵੈਲਕਮ ਕਰਦੇ ਹਾਂ, ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ। ਥੈਂਕ ਯੂ ਸੋ ਮੱਚ। ਸੋ ਰਾਜੀਵ ਜੀ, ਮੈਂ ਲਗਾਤਾਰ ਦੇਖ ਰਿਹਾ ਸੀ ਪਿਛਲੇ ਲਗਭਗ 20 ਸਾਲ ਦੇ ਪੰਜਾਬ ਦੇ ਚੋਣਾਂ ਦੇ ਇਤਿਹਾਸ ਨੂੰ, ਔਰ ਜੇ ਅਸੀਂ ਪਿਛਲੇ 20 ਸਾਲ ਦੇ ਚੋਣਾਂ ਦੇ ਇਤਿਹਾਸ ਨੂੰ ਫਰੋਲੀਏ ਤੇ ਕਈ ਤਰ੍ਹਾਂ ਦੇ ਸਮੀਕਰਨ ਬਣਦੇ ਵਿਗੜਦੇ ਰਹੇ ਨੇ ਪਿਛਲੇ 20 ਸਾਲਾਂ ਦੇ ਵਿੱਚ, ਤੇ ਪਿਛਲੇ 20 ਸਾਲ ਦੇ ਇਤਿਹਾਸ ਦੇ ਵਿੱਚ ਉਹਨੂੰ ਪੜ੍ਹਦੇ ਹੋਏ ਜੇ ਅਸੀਂ ਅੱਜ ਦੇ ਸੰਦਰਭ ਦੇ ਵਿੱਚ ਮਾਹੌਲ ਵੇਖੀਏ ਤਾਂ ਅਸੀਂ ਅੱਜ ਦੇ ਸਿਆਸੀ ਸਮੀਕਰਨ ਔਰ ਸਾਡੀਆਂ ਪੋਲੀਟੀਕਲ ਪਾਰਟੀ ਦੀਆਂ ਸਥਿਤੀਆਂ ਨੂੰ ਕਿਵੇਂ ਵੇਖਦੇ ਹਾਂ, ਇਹਦੇ ਉੱਪਰ ਅੱਜ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਵਧਾਵਾਂਗੇ। ਔਰ ਇੱਕ ਹੋਰ ਬੜਾ ਦਿਲਚਸਪ ਅੰਕੜਾ ਹੈ, ਇਨਫੈਕਟ ਦਿਲਚਸਪ ਪਹਿਲੂ ਹੈ। ਦੇਖੋ, 1 ਜੂਨ ਨੂੰ ਪੰਜਾਬ 'ਚ ਵੋਟਾਂ ਨੇ ਔਰ 14 ਮਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਹੈ, 14 ਮਈ। ਪਰ ਅੱਜ ਅਸੀਂ 18 ਮਾਰਚ 'ਚ ਬੈਠੇ ਹਾਂ। ਇਹਦਾ ਮਤਲਬ ਹੈ 18 ਮਾਰਚ ਤੋਂ 18 ਅਪ੍ਰੈਲ ਔਰ 14 ਮਈ, 2 ਮਹੀਨਿਆਂ ਦੇ ਵਿੱਚ 5-7 ਦਿਨ ਹੀ ਘੱਟਦੇ ਨੇ। ਇਹਦਾ ਮਤਲਬ ਹੈ ਲਗਭਗ 2 ਮਹੀਨੇ ਦਾ ਸਮਾਂ ਪੰਜਾਬ ਦੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਨੂੰ ਹਜੇ ਪਿਆ, ਚੋਣ ਜ਼ਾਬਤਾ ਲੱਗਣ ਤੋਂ ਬਾਅਦ। ਹੁਣ 2 ਪਹਿਲੂ ਨਾਲ ਮੈਂ ਚਲਾਉਂਗਾ। ਪਹਿਲਾ ਤਾਂ ਪਿਛਲਾ ਇਤਿਹਾਸ, ਤੇ ਉਸ ਇਤਿਹਾਸ ਦੇ ਮੱਦੇਨਜ਼ਰ ਕੀ ਅਕਾਲੀ ਬੀਜੇਪੀ ਗੱਠਜੋੜ ਦੀ ਸੰਭਾਵਨਾ ਬਣ ਰਹੀ ਹੈ, ਜਾਂ ਇਸ ਵਾਰ ਨਵਾਂ ਤਜਰਬਾ ਬੀਜੇਪੀ ਔਰ ਅਕਾਲੀ ਦਲ ਕਰਨਗੇ ਕਿ ਅਸੀਂ ਇਕੱਲੇ ਇਕੱਲੇ ਲੜੀਏ। ਹੁਣ ਦੋਵੇਂ ਪਾਰਟੀਆਂ ਗੱਠਜੋੜ ਕਰਨਾ ਵੀ ਚਾਹੁੰਦੀਆਂ ਨੇ, ਤੇ ਦੋਵੇਂ ਪਾਰਟੀਆਂ ਦੇ ਵਿੱਚ ਅਜਿਹੇ ਧੜੇ ਨੇ ਜਿਹੜੇ ਇਕੱਲੇ ਇਕੱਲੇ ਲੜਾਉਣਾ ਚਾਹੁੰਦੇ ਨੇ ਇਹਨਾਂ ਪਾਰਟੀਆਂ ਨੂੰ, ਅਸੀਂ ਉਹਦੇ 'ਤੇ ਵੀ ਗੱਲ ਕਰਦੇ ਹਾਂ। ਔਰ ਕਾਂਗਰਸ ਕੀ 2 ਮਹੀਨੇ ਤੱਕ ਆਪਣੇ ਬਹੁਤ ਸਾਰੇ ਕੈਂਡੀਡੇਟਾਂ ਨੂੰ ਟੁੱਟਣ ਤੋਂ ਬਚਾ ਸਕੇਗੀ? ਕੀ ਮੰਨਿਆ ਜਾਵੇ ਵੀ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀ ਰੁਕ ਕੇ ਕਰੇਗੀ? ਮਹੀਨਾ ਵੀ ਲੱਗ ਸਕਦਾ ਹੈ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਲਈ, ਕਿ 1 ਅੱਧਾ ਸਿਟਿੰਗ ਦਾ ਐਲਾਨ ਕਰਕੇ ਕਾਂਗਰਸ ਬਾਕੀਆਂ ਦੇ ਨਾਵਾਂ ਦਾ ਐਲਾਨ ਹੀ ਨਾ ਕਰੇ? ਔਰ ਆਮ ਆਦਮੀ ਪਾਰਟੀ ਕੋਲੇ ਵੀ ਬਹੁਤ ਸਮਾਂ ਆ ਗਿਆ, ਆਮ ਆਦਮੀ ਪਾਰਟੀ ਕੋਲੇ ਵੀ ਹੁਣ ਸਮਾਂ, ਆਮ ਆਦਮੀ ਪਾਰਟੀ ਮਹੀਨਾ ਸਵਾ ਮਹੀਨਾ ਲੈ ਸਕਦੀ ਹੈ ਬਾਕੀ 5 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਨੂੰ ਲੈ ਕੇ। ਸੋ ਇਹ ਵੱਖ ਵੱਖ ਪਹਿਲੂ ਹੈ ਜਿਹਦੇ ਉੱਪਰ ਅਸੀਂ ਅੱਗੇ ਗੱਲ ਵਧਾਉਂਦੇ ਹਾਂ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜੇ ਅੰਕੜੇ ਨੇ ਬੜੇ ਦਿਲਚਸਪ ਨੇ। 2004 ਦੇ ਵਿੱਚ ਅਕਾਲੀ ਭਾਜਪਾ ਇਕੱਠੇ ਲੜੇ ਸੀ ਔਰ ਸ਼੍ਰੋਮਣੀ ਅਕਾਲੀ ਦਲ 8 ਸੀਟਾਂ ਜਿੱਤਿਆ ਸੀ ਔਰ ਭਾਰਤੀ ਜਨਤਾ ਪਾਰਟੀ ਨੂੰ 3 ਸੀਟਾਂ ਮਿਲੀਆਂ ਸੀ, ਔਰ ਇਹ ਗੱਠਜੋੜ 2004 'ਚ 11 ਸੀਟਾਂ ਜਿੱਤਿਆ ਸੀ। ਕੈਪਟਨ ਅਮਰਿੰਦਰ ਸਿੰਘ ਸੱਤਾ 'ਚ ਸੀ, ਕੈਪਟਨ ਅਮਰਿੰਦਰ ਸੱਤਾ 'ਚ ਸੀ ਅਤੇ ਵਿਰੋਧੀ ਧਿਰ 11 ਸੀਟਾਂ ਜਿੱਤਿਆ ਸੀ। 2009 'ਚ ਵੀ ਅਕਾਲੀ ਬੀਜੇਪੀ ਇਕੱਠੇ ਅਤੇ 5 ਸੀਟਾਂ ਜਿੱਤੇ, 43% ਵੋਟ ਸ਼ੇਅਰ। 2014 'ਚ ਵੀ ਅਕਾਲੀ ਬੀਜੇਪੀ ਇਕੱਠੇ 6 ਸੀਟਾਂ ਜਿੱਤੇ ਔਰ 2019 'ਚ ਵੀ 4 ਸੀਟਾਂ ਜਿੱਤੇ। ਹੁਣ ਇਹ ਪਿਛਲੇ 4 ਚੋਣਾਂ ਦੇ ਤਜਰਬੇ ਤੋਂ ਬਾਅਦ, ਹਾਲਾਂਕਿ ਇੱਕ ਜ਼ਿਮਨੀ ਚੋਣ ਵੀ ਹੋਈ ਸੀ 2007 'ਚ, ਜਦੋਂ 2004 ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਸੀ, ਜ਼ਿਮਨੀ ਚੋਣ ਲੜੇ ਜਦੋਂ ਉਹਨਾਂ ਨੂੰ ਇੱਕ ਵਾਰੀ ਸਜ਼ਾ ਸੁਣਾਈ ਗਈ ਸੀ, ਉਹਨਾਂ ਨੇ ਪਟਿਆਲਾ ਸਰੈਂਡਰ ਕੀਤਾ। 2007 'ਚ ਫਿਰ ਨਵਜੋਤ ਸਿੰਘ ਸਿੱਧੂ ਔਰ ਅਕਾਲੀ ਬੀਜੇਪੀ ਜਿੱਤੇ। ਮੇਰੇ ਕਹਿਣ ਦਾ ਮਤਲਬ ਹੈ, ਅੰਕੜੇ ਕਹਿੰਦੇ ਨੇ ਕਿ ਅਕਾਲੀ ਬੀਜੇਪੀ ਅਗਰ ਇਕੱਠੇ ਹੁੰਦੇ ਨੇ ਤੇ ਇਹਨਾਂ ਦੀ ਪਰਫਾਰਮੈਂਸ ਚੰਗੀ ਹੁੰਦੀ ਹੈ। ਇਸ ਵਾਰ ਇਹ ਅੰਕੜੇ ਵੇਖਣਗੇ ਜਾਂ ਮੁੱਦੇ ਵੇਖਣਗੇ,
ਕਿਉਂਕਿ ਅਕਾਲੀ ਦਲ ਚ ਵੀ ਇੱਕ ਧੜ ਹੈ ਜਿਹੜਾ ਕਹਿੰਦਾ ਵੀ ਇਹਨਾਂ ਨੇ ਮੰਗਾਂ ਤਾਂ ਮੰਨੀਆਂ ਨੀ, ਜਿਹੜੀਆਂ ਮੰਗਾਂ ਸ਼੍ਰੋਮਣੀ ਅਕਾਲੀ ਦਲ ਨੇ ਰੱਖੀਆਂ ਸੀ ਅਸੀਂ ਸਮਝੌਤਾ ਨਹੀਂ ਕਰਨਾ। ਕਿ ਸੁਖਬੀਰ ਬਾਦਲ ਉਸ ਪੋਜੀਸ਼ਨ ਚ ਹੈਗੇ ਨੇ ਕਿ ਪਾਰਟੀ ਦੇ ਵਿੱਚ ਵੱਡੇ ਲੀਡਰ ਮਨਪ੍ਰੀਤ ਤਿਵਾੜੀ ਸਪਸ਼ਟ ਵਿਰੋਧ ਕਰਦੇ ਨੇ। ਉਹ ਕਹਿੰਦੇ ਅਗਰ ਬੀਜੇਪੀ ਵਾਲੇ ਕੁਝ ਮੰਗਾਂ ਮੰਨ ਲੈਣ ਜਾਂ ਭਰੋਸਾ ਦੇ ਦੇਣ, ਐਲਾਨ ਕਰ ਦੇਣ ਤੇ ਅਸੀਂ ਸੋਚ ਸਕਦੇ ਹਾਂ। ਕਾਂਗਰਸ ਦੇ ਬੀਜੇਪੀ ਦੇ ਵਿੱਚ ਵੀ ਕੁਝ ਲੀਡਰ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਕੱਲੇ ਲੜੀਏ ਤਾਂ ਕਿ ਅਸੀਂ ਘੱਟੋ ਘੱਟ 13 ਸੀਟਾਂ ਤੇ ਲੜੀਏ ਤੇ ਸਾਨੂੰ ਵੀ ਟਿਕਟ ਮਿਲ ਜੇ। ਬੀਜੇਪੀ ਦੇ ਲੀਡਰਾਂ ਨੂੰ ਡਰ ਹੈ ਵੀ ਜੇ ਅਕਾਲੀ ਬੀਜੇਪੀ ਨਾਲ ਸਮਝੌਤਾ ਹੋ ਗਿਆ, ਕੁਝ ਲੀਡਰਾਂ ਨੂੰ ਡਰ ਹੈ, ਤੇ ਸਾਡੇ ਹਿੱਸੇ ਫੇਰ ਨਹੀਂ ਕੁਝ ਆਉਣਾ ਤੇ ਸੀਟ ਅਕਾਲੀ ਦਲ ਕੋਲ ਚਲੀ ਜਾਣੀ ਹੈ। ਹੁਣ ਤੁਹਾਡਾ ਅਨਾਲਿਸਿਸ ਕੀ ਕਹਿੰਦਾ ਹੈ ਗੱਠਜੋੜ ਦੀ ਸੰਭਾਵਨਾ ਤੇ ਔਰ ਇਹ ਸਾਰੇ ਜਿਹੜੇ ਅੰਕੜੇ ਨੇ ਪੁਰਾਣੇ ਇਤਿਹਾਸ ਦੇ ਇਹਨਾਂ ਦੇ ਮੱਦੇਨਜ਼ਰ? ਡੱਲਾ ਸਾਹਿਬ, ਤੁਸੀਂ ਅੰਕੜਿਆਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ, ਲੇਕਿਨ 2004 ਤੋਂ ਪਹਿਲੇ ਜਾਣ ਦੀ ਵੀ ਲੋੜ ਹੈ। ਤੁਹਾਨੂੰ ਯਾਦ ਹੋਏਗਾ 1996 ਦੇ ਵਿੱਚ ਅਕਾਲੀ ਦਲ ਦਾ ਅਲਾਇੰਸ BSP ਦੇ ਨਾਲ ਸੀਗਾ, ਔਰ ਉਹੀ ਵਕਤ ਸੀਗਾ ਜਦ ਅਕਾਲੀ BSP ਅਲਾਇੰਸ ਨੇ 11 ਸੀਟਾਂ ਜਿੱਤੀ ਸੀਗੀ ਔਰ ਬਹੁਜਨ ਸਮਾਜ ਪਾਰਟੀ ਦੇ ਵੀ ਕਾਫੀ ਸਾਰੇ MP ਜਿੱਤੇ ਸੀਗੇ। ਔਰ ਉਸ ਤੋਂ ਬਾਅਦ ਆਪਾਂ ਸਿੱਧਾ ਆਉਂਦੇ ਹਾਂ 2004 ਦੇ ਵਿੱਚ। 2004 ਉਹ ਸਾਲ ਸੀਗਾ ਜਦ ਸ਼ਾਈਨਿੰਗ ਇੰਡੀਆ ਦਾ ਸਿਸਟਮ ਚੱਲ ਰਿਹਾ ਸੀਗਾ, ਔਰ ਉਸ ਵਕਤ ਲੱਗਦਾ ਸੀਗਾ ਵੀ 2004 ਦੇ ਵਿੱਚ ਸ਼ਾਇਦ ਵਾਜਪਾਈ ਸਰਕਾਰ ਇੱਕ ਵਾਰ ਫੇਰ ਦੁਬਾਰਾ ਸਰਕਾਰ ਬਣਾਏਗੀ। ਲੇਕਿਨ 2004 ਤੋਂ ਬਾਅਦ 2014 ਤੱਕ, ਯਾਨੀ ਉਹ UPA ਸਰਕਾਰ ਬਣ ਗਈ, ਔਰ ਪ੍ਰਮੋਦ ਮਹਾਜਨ ਉਹਨਾਂ ਦਾ ਉਹ ਨਾਰਾ ਸ਼ਾਈਨਿੰਗ ਇੰਡੀਆ ਦਾ, ਉਹ ਦੇਸ਼ ਦੇ ਵਿੱਚ ਤੇ ਫੇਲ ਹੋ ਗਿਆ, ਲੇਕਿਨ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਅਲਾਇੰਸ ਨੂੰ ਉਹਦਾ ਫਾਇਦਾ ਹੋਇਆ ਔਰ 13 ਵਿੱਚੋਂ 8 ਸੀਟਾਂ ਜਿੱਤ ਗਏ। ਹੁਣ 2004 ਤੋਂ ਬਾਅਦ 2009 ਦੇ ਵਿੱਚ ਆਈਏ, 2009 ਦੇ ਵਿੱਚ ਇੱਕ ਵਾਰ ਫੇਰ ਅਕਾਲੀ ਸਰਕਾਰ ਸੀਗੀ। 2004 ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀਗੇ, ਔਰ ਐਂਟੀ ਇਨਕੰਬੈਂਸੀ ਫੈਕਟਰ ਇੰਨਾ ਕੁ ਕੰਮ ਕੀਤਾ ਕਿ ਅਕਾਲੀ ਭਾਜਪਾ ਅਲਾਇੰਸ 8 ਸੀਟਾਂ ਜਿੱਤ ਗਿਆ ਸੀ। 2009 ਦੇ ਵਿੱਚ ਵੀ ਸਥਿਤੀ ਏਦਾਂ ਹੀ ਸੀ ਜਿਹਦੇ ਵਿੱਚ ਕਾਂਗਰਸ ਨੂੰ ਤੇ ਸਫਲਤਾ ਮਿਲੀ, ਲੇਕਿਨ ਅਕਾਲੀ ਦਲ ਥੋੜਾ ਜਿਹਾ ਪਿਛਾ ਰਿਹਾ। 2014 ਦੇ ਵਿੱਚ ਇਹ ਚੇਂਜ ਹੋ ਜਾਂਦਾ ਸਿਸਟਮ ਪੂਰੇ ਪੰਜਾਬ ਦੇ ਵਿੱਚ, ਜਦ ਇੱਕ ਤੀਜੀ ਪਾਰਟੀ, ਉਹ ਵੀ ਬੜੇ ਇੱਕ ਕਹਿੰਦੇ ਕਿ ਦਬੇ ਪੈਰ ਆਈ ਸੀਗੀ, ਔਰ ਕਿਸੇ ਨੂੰ ਵੀ ਇੰਨਾ ਯਕੀਨ ਨਹੀਂ ਸੀਗਾ ਕਿ ਵੀ ਇਸ ਪਾਰਟੀ ਨੂੰ ਪੰਜਾਬ ਦੇ ਵਿੱਚ ਇੰਨਾ ਵੱਡਾ ਹੁੰਗਾਰਾ ਮਿਲੇਗਾ। ਜਦ ਉਹ ਪਾਰਟੀ ਯਾਨੀ ਆਮ ਆਦਮੀ ਪਾਰਟੀ ਜਿਹੜੀ ਅੰਦੋਲਨ ਤੋਂ ਨਿਕਲੀ ਸੀਗੀ, ਉਹ 400 ਸੀਟਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਲੜ ਰਹੀ ਸੀ, ਔਰ ਸਿਰਫ ਪੰਜਾਬ ਦੇ ਵਿੱਚੋਂ ਉਹਨਾਂ ਨੂੰ 4 ਸੀਟਾਂ ਮਿਲ ਗਈ। ਇਹਦਾ ਮਤਲਬ ਇਹ ਗੱਲ ਸਾਡੇ ਪੰਜਾਬ ਦੇ ਸਿਆਸਤਦਾਨਾਂ ਨੂੰ ਜਾਂ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਵੀ ਵੈਕਿਊਮ ਬੜਾ ਜ਼ਬਰਦਸਤ ਹੈ ਪੰਜਾਬ ਦੇ ਵਿੱਚ। ਕਾਂਗਰਸ ਔਰ ਅਕਾਲੀ ਭਾਜਪਾ ਦਾ ਬਦਲ ਲੋਕੀ ਲੱਭ ਰਹੇ ਨੇ, ਔਰ ਉਹ 4 ਸੀਟਾਂ ਤੋਂ ਬਾਅਦ ਭਾਵੇਂ ਆਮ ਆਦਮੀ ਪਾਰਟੀ ਆਪਣੇ 3 MPਾਂ ਨੂੰ ਨਹੀਂ ਸਾਂਭ ਪਾਈ, ਡਾਕਟਰ ਧਰਮਵੀਰ ਹੋਣ ਜਾਂ ਫਿਰ ਸਾਧੂ ਸਿੰਘ ਉਹਨਾਂ ਰਹੇ ਤੇ ਸਹੀ ਆਮ ਆਦਮੀ ਪਾਰਟੀ ਦੇ ਵਿੱਚ, ਪਰ ਬਹੁਤੇ ਐਕਟਿਵ ਨਹੀਂ ਸੀ, ਯਾਨੀ ਸਿਰਫ ਔਰ ਸਿਰਫ ਭਗਵੰਤ ਮਾਨ ਸੀਗੇ ਜਿਹੜੇ ਐਕਟਿਵ ਸੀਗੇ। ਔਰ ਉਸ ਤੋਂ ਬਾਅਦ ਆਪਾਂ ਸਿੱਧਾ ਆਉਂਦੇ ਹਾਂ 2019 ਦੇ ਵਿੱਚ। 2014 ਔਰ 2019 ਦੇ ਵਿੱਚ ਮੋਦੀ ਵੇਵ ਸੀਗੀ, ਔਰ 2014 ਦੇ ਵਿੱਚ ਉਹ ਮੋਦੀ ਵੇਵ ਪੰਜਾਬ ਦੇ ਵਿੱਚ ਕਿਉਂ ਨਹੀਂ ਚੱਲੀ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 2014 ਦੇ ਵਿੱਚ ਮੇਰੀ ਕਈ ਅਕਾਲੀ ਲੀਡਰਸ਼ਿਪ ਨਾਲ ਗੱਲ ਹੋਈ ਸੀ। ਉਸ ਵਕਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ BJP ਦੀ ਲੀਡਰਸ਼ਿਪ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ ਸੀ, ਔਰ ਉਹਨਾਂ ਦਾ ਮੰਨਣਾ ਸੀਗਾ ਕਿ ਮੋਦੀ ਵੇਵ ਨਹੀਂ, ਇੱਥੇ ਤੇ ਚੱਲੂਗੀ ਬਾਦਲ ਵੇਵ। ਔਰ ਬਾਦਲ ਸਾਹਿਬ ਦੀ ਫੋਟੋ ਹਮੇਸ਼ਾ ਮੋਦੀ ਸਾਹਿਬ ਤੋਂ ਵੱਡੀ ਹੁੰਦੀ ਸੀ, ਔਰ ਇੱਥੇ ਤੱਕ ਕਿ ਜਿਹੜੀ ਅਕਾਲੀ ਦਲ ਨੇ ਕੈਂਪੇਨ ਵੀ ਚਲਾਈ ਸੀ ਉਹ ਇਸ ਤਰੀਕੇ ਦੀ ਚਲਾਈ ਸੀ ਕਿ ਕੱਦ ਬਾਦਲ ਸਾਹਿਬ ਦਾ ਵੱਡਾ ਹੋਏ ਔਰ ਮੋਦੀ ਸਾਹਿਬ ਦੇ ਕਰਕੇ ਜੇ ਜਿੱਤ ਪ੍ਰਾਪਤ ਹੋਈ ਹੈ ਇੱਦਾਂ ਦਾ ਕੋਈ ਨੈਰੇਟਿਵ ਸੈੱਟ ਨਾ ਹੋਏ। 2019 ਆਇਆ, 2019 ਦੇ ਵਿੱਚ ਅਕਾਲੀ ਦਲ ਬੇਅਦਬੀਆਂ ਦੇ ਇਲਜ਼ਾਮਾਂ ਨਾਲ ਘਿਰਿਆ ਹੋਇਆ ਸੀਗਾ, ਔਰ ਇਸ 2019 ਦੀ ਚੋਣਾਂ ਦੇ ਵਿੱਚ ਸਿਰਫ 2 ਸੀਟਾਂ 'ਤੇ ਸਿਮਟ ਗਿਆ, ਭਾਵੇਂ ਅਕਾਲੀ ਦਲ ਭਾਜਪਾ ਦਾ ਅਲਾਇੰਸ ਸੀਗਾ,
ਭਾਜਪਾ ਨੇ ਤੇ ਆਪਣੇ ਕੋਟੇ ਦੀ 3 ਸੀਟਾਂ ਦੇ ਵਿੱਚੋਂ 2 ਸੀਟਾਂ ਜਿੱਤ ਕੇ ਆਪਣਾ 80% ਸਮਝ ਲਓ ਰਿਜ਼ਲਟ ਦਿਖਾਤਾ। ਲੇਕਿਨ ਅਕਾਲੀ ਦਲ ਦੇ ਵਿੱਚ ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਾਕੀ ਸੀਟਾਂ ਦੇ ਉੱਤੇ, ਕਿਉਂਕਿ ਉਹ 8 ਸੀਟਾਂ ਹੋਰ ਵੀ ਲੜੇ ਸੀਗੇ, ਉਹਨਾਂ ਸਾਰੀਆਂ ਸੀਟਾਂ ਦੇ ਉੱਤੇ ਉਹ ਹਾਰ ਜਾਂਦੇ ਨੇ। ਔਰ ਅੱਜ ਅਸੀਂ ਖੜੇ ਹਾਂ 2024 ਦੇ ਵਿੱਚ, ਜਦ ਅਕਾਲੀ ਦਲ ਭਾਜਪਾ ਦਾ ਅਲਾਇੰਸ ਨਹੀਂ ਹੈਗਾ। ਇਸ ਅਲਾਇੰਸ ਦੀ ਹੋਣ ਦੀ ਨਾ ਹੋਣ ਦੀ ਗੱਲਾਂ ਤੇ ਤੁਰ ਰਹੀ ਹੈ, ਲੇਕਿਨ ਫਾਈਨਲ ਡਿਸੀਜਨ ਕਦੋਂ ਹੋਏਗਾ? ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਕੇ ਹਟੇ ਹੋ, 2.5 ਮਹੀਨੇ ਦਾ ਟਾਈਮ ਹੈ, ਔਰ ਜੇ 14 ਮਈ ਨੂੰ ਨੋਮੀਨੇਸ਼ਨ ਪ੍ਰੋਸੈਸ ਸ਼ੁਰੂ ਹੋਣਾ ਹੈ ਤੇ 2 ਮਹੀਨੇ ਦਾ ਤੇ ਘੱਟੋ ਘੱਟ ਟਾਈਮ ਹੈਗਾ ਹੀ ਹੈ। ਇਹਨਾਂ 2 ਮਹੀਨਿਆਂ ਦੇ ਵਿੱਚ ਕੀ ਖੇਡ ਖੇਡਿਆ ਜਾਏਗਾ? ਤੁਸੀਂ ਇਹਨੂੰ ਸਿਆਸੀ ਖੇਡ ਵੀ ਕਹਿ ਸਕਦੇ ਹੋ, ਕੌਣ ਕਿੱਥੇ ਜਾਏਗਾ? ਔਰ ਜਿੱਥੇ ਤੱਕ ਅਕਾਲੀ ਭਾਜਪਾ ਅਲਾਇੰਸ ਦੀ ਗੱਲ ਹੈ, ਇਹ ਗੱਲ ਜਗ ਜਾਹੀ ਰਹਿ ਗਿਆ ਕਿ ਅਕਾਲੀ ਦਲ ਭਾਜਪਾ ਤੋਂ ਉਮੀਦ ਰੱਖਦੇ ਸੀ ਕਿ ਉਹਨਾਂ ਪੰਥਕ ਮੁੱਦਿਆਂ ਦੇ ਉੱਤੇ ਜਾਂ ਫਿਰ ਕਿਸਾਨੀ ਮੁੱਦਿਆਂ ਦੇ ਉੱਤੇ ਕੋਈ ਅਨਾਊਂਸਮੈਂਟ ਜੀ ਕਰ ਦੇਣ, ਜਿਹਦੇ ਰਾਹੀਂ ਅਸੀਂ ਆਪਣੇ ਵੋਟ ਬੈਂਕ ਨੂੰ ਇਸ ਗੱਲ ਨੂੰ ਅਸ਼ਿਓਰ ਕਰ ਦਈਏ ਕਿ ਅਸੀਂ ਪਾਵਰ 'ਚ ਆਏ ਤੇ ਅਸੀਂ ਇਹਨਾਂ ਮਸਲਿਆਂ ਦਾ ਹੱਲ ਕਰਾ ਦਾਂਗੇ। ਉਹ ਅਕਾਲੀ ਦਲ ਜਿਹੜਾ ਹਜੇ ਤੱਕ ਇਲਜ਼ਾਮ ਸਹਿ ਰਿਹਾ ਕਿ ਉਹਨਾਂ ਨੇ ਸੱਤਾ ਦੇ ਵਿੱਚ ਭਾਈਵਾਲ ਹੁੰਦੇ ਹੋਏ ਇਹਨਾਂ ਮਸਲਿਆਂ ਦਾ ਹੱਲ ਨਹੀਂ ਕੀਤਾ, ਉਹਨਾਂ ਮਸਲਿਆਂ ਦੇ ਉੱਤੇ ਸਿਰਫ ਵਾਅਦੇ ਨਾਲ ਕਿ ਕੰਮ ਚੱਲ ਜਾਊਗਾ। ਯਾਨੀ ਅਕਾਲੀ ਦਲ ਦੀ ਆਪਣੀ ਹੋਂਦ, ਆਪਣੇ ਵੋਟ ਬੈਂਕ ਨੂੰ ਸੰਭਾਲ ਕੇ ਰੱਖਣਾ ਵੀ ਇਸ ਟਾਈਮ ਬੜੀ ਵੱਡੀ ਚੁਣੌਤੀ ਹੈ। ਔਰ ਇਸ ਸਾਰੀ ਗੱਲਾਂ ਦੇ ਵਿੱਚ ਇਹ ਅਲਾਇੰਸ ਹੋਏਗਾ ਨਹੀਂ ਹੋਏਗਾ, ਉਹ ਵੀ ਖਾਸ ਕਰਕੇ ਚੋਣ ਜਾਬਤਾ ਲੱਗਣ ਤੋਂ ਬਾਅਦ, ਇਹ ਇੱਕ ਸਵਾਲ ਬਣ ਕੇ ਤੈਰ ਰਿਹਾ ਪੰਜਾਬ ਦੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ। ਹੁਣ ਗੱਲ ਇੱਥੇ ਖੜੀ ਹੈ ਕਿ ਅਗਲੇ ਹਫ਼ਤੇ ਇਹ ਅਲਾਇੰਸ ਹੋ ਸਕਦਾ ਹੈ, ਹੋਏਗਾ ਨਹੀਂ ਹੋਏਗਾ ਇਹ ਸਾਨੂੰ ਨਹੀਂ ਪਤਾ, ਲੇਕਿਨ ਇਹ ਗੱਲਾਂ ਹੋ ਸਕਦਾ 2 ਮਹੀਨੇ ਇੱਦਾਂ ਹੀ ਤੁਰਦੀ ਰਹੇ ਕਿ ਇਹ ਅਲਾਇੰਸ ਹੋਏਗਾ ਜਾਂ ਨਹੀਂ ਹੋਏਗਾ। ਭਾਸਕਰ ਸਾਹਿਬ, ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਾਰੀ ਜਿਹੜੀ ਸਥਿਤੀ ਹੈ ਬਿਆਨ ਕੀਤੀ ਹੈ। ਹੁਣ ਬਹੁਤ ਸਾਰੇ ਲੀਡਰ ਜਿਹੜੇ ਅਕਾਲੀ ਦਲ 'ਚ ਵੀ ਨੇ, ਜਿਹੜੇ ਨਹੀਂ ਹਮਾਇਤੀ ਭਾਜਪਾ ਨਾਲ ਗੱਠਜੋੜ ਕਰਨ ਦੇ ਲਈ, ਸੁਖਬੀਰ ਬਾਦਲ ਲਈ ਉਹਨਾਂ ਲੀਡਰਾਂ ਨੂੰ ਪਾਰ ਪਾਉਣਾ ਕਿੱਡੀ ਵੱਡੀ ਚੁਣੌਤੀ ਹੈ ਜੇ ਕੋਈ ਸਮਝੌਤੇ ਦੀ ਗੱਲ ਚੱਲਦੀ ਵੀ ਹੋਵੇ ਤਾਂ? ਦੇਖੋ, ਅਕਾਲੀ ਦਲ ਦੇ ਵਿੱਚ ਇਸ ਟਾਈਮ ਸੁਖਬੀਰ ਸਿੰਘ ਬਾਦਲ ਪਿਛਲੇ ਲਗਾਤਾਰ, ਖਾਸ ਕਰਕੇ 2019 ਦੇ ਇਲੈਕਸ਼ਨਾਂ ਤੋਂ ਬਾਅਦ, ਜਾਂ ਕਹੀਏ 2017 ਦੇ ਇਲੈਕਸ਼ਨ ਤੋਂ ਬਾਅਦ, ਜਦ ਉਹ 14 ਸੀਟਾਂ ਤੇ ਸਿਮਟ ਕੇ ਰਹਿ ਗਏ ਸੀ, ਔਰ ਉਸ ਤੋਂ ਬਾਅਦ 2022 ਦੀ ਇਲੈਕਸ਼ਨ ਦੇ ਵਿੱਚ ਸਿਰਫ 3 ਸੀਟਾਂ, ਲਗਾਤਾਰ ਸੁਖਬੀਰ ਸਿੰਘ ਬਾਦਲ ਇੱਕ ਦਬਾਅ ਦੇ ਵਿੱਚ ਸੀਗੇ। ਤੁਹਾਨੂੰ ਯਾਦ ਹੋਏਗਾ ਝੋਂਦਾ ਕਮੇਟੀ ਦੀ ਰਿਪੋਰਟ ਆਈ ਜਿਹਦੇ ਵਿੱਚ 42 ਰਿਕਮੈਂਡੇਸ਼ਨ ਸੀਗੀ, ਜਿਹਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਸਮੁੱਚੀ ਲੀਡਰਸ਼ਿਪ ਰਿਜ਼ਾਈਨ ਦੇ ਤੇ ਦੁਬਾਰਾ ਤੋਂ ਲੀਡਰਸ਼ਿਪ, ਯਾਨੀ ਉਸ ਲੀਡਰਸ਼ਿਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਆਪ ਨੂੰ ਖੁਦ ਹੀ ਐਕਸਕਲੂਡ ਕਰਤਾ ਕਿ ਨਹੀਂ ਮੇਰੀ ਗੱਲ ਨਹੀਂ ਹੈ, ਇਹ ਤੇ ਬਾਕੀ ਸਾਰੀ ਲੀਡਰਸ਼ਿਪ ਹੈ ਜਿਹੜੀ ਰਿਜ਼ਾਈਨ ਦੇ। ਯਾਨੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਚੈਲੰਜ, ਤੁਸੀਂ ਮਨਪ੍ਰੀਤ ਅਯਾਲੀ ਉਹਨਾਂ ਦੀ ਗੱਲ ਕੀਤੀ ਸੀ, ਮਨਪ੍ਰੀਤ ਅਯਾਲੀ ਉਹਨਾਂ ਹੀ ਸਭ ਤੋਂ ਵੱਡੇ ਚੈਲੰਜ ਵਜੋਂ ਉਭਰੇ ਸੀਗੇ, ਪਰ ਅੱਜ ਕੱਲ ਪਿਛਲੇ 1-1.5 ਸਾਲ ਤੋਂ ਮਨਪ੍ਰੀਤ ਅਯਾਲੀ ਉਹਨਾਂ ਚੁੱਪ ਨੇ। ਹੁਣ ਉਹਨਾਂ ਨੇ ਮਾੜੀ ਮੋਟੀ ਜੀ ਆਵਾਜ਼ ਕੱਢੀ ਹੈ ਕਿ ਭਾਜਪਾ ਦੇ ਨਾਲ ਅਲਾਇੰਸ ਤਦ ਕਰਾਂਗੇ ਜਦ ਕੋਈ ਸਾਡੀ ਗੱਲਾਂ ਦੇ ਉੱਤੇ ਕੋਈ ਸਮਝੌਤਾ ਜਾਂ ਕੋਈ ਅਨਾਊਂਸਮੈਂਟ ਹੁੰਦੀ ਹੈ। ਹੁਣ ਤੇ ਅਨਾਊਂਸਮੈਂਟ ਦਾ ਵੀ ਵਕਤ ਚਲਾ ਗਿਆ, ਚੋਣ ਜਾਬਤਾ ਲੱਗ ਚੁੱਕਿਆ। ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਕੀ ਪੰਥਕ ਮੁੱਦਿਆਂ ਦੇ ਉੱਤੇ ਭਾਜਪਾ ਜਾਂ ਕੇਂਦਰ ਸਰਕਾਰ ਕੋਈ ਅਨਾਊਂਸਮੈਂਟ ਕਰ ਸਕਦੀ ਹੈ ਜਾਂ ਕਿਸਾਨੀ ਮੁੱਦਿਆਂ ਦੇ ਉੱਤੇ ਕੋਈ ਹੱਲ ਕਰ ਸਕਦੀ ਹੈ? ਇਹ ਸਾਰੀ ਗੱਲਾਂ ਹੁਣ ਅਕਾਲੀ ਦਲ ਵਾਸਤੇ ਜਾਂ ਸੁਖਬੀਰ ਸਿੰਘ ਬਾਦਲ ਵਾਸਤੇ ਆਪਣੀ ਲੀਡਰਸ਼ਿਪ ਦੇ ਕੀਤੇ ਹੋਏ ਸਵਾਲਾਂ ਨੂੰ ਜਵਾਬ ਦੇਣ ਵਾਸਤੇ ਮੈਨੂੰ ਲੱਗਦਾ ਔਖੇ ਹੈਗੇ ਨੇ। ਅੱਜ ਮੇਰੀ 2-3 ਅਕਾਲੀ ਲੀਡਰਾਂ ਨਾਲ ਗੱਲ ਹੋਈ, ਔਰ ਉਹ ਵੱਡੇ ਅਕਾਲੀ ਲੀਡਰ ਨੇ ਜਿਨ੍ਹਾਂ ਦੇ ਇਲੈਕਸ਼ਨ ਲੜਨ ਦੀ ਸੰਭਾਵਨਾ, ਔਰ ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹ ਇਲੈਕਸ਼ਨ ਲੜਨ ਦੇ ਵਿੱਚ ਇੰਟਰਸਟਿਡ ਹੀ ਨਹੀਂ ਹੈਗੇ, ਜਾਂ ਤੇ ਉਹ ਇਸ ਕਰਕੇ ਇੰਟਰਸਟਿਡ ਨਹੀਂ ਹੈਗੇ ਇਹ ਅਲਾਇੰਸ ਨਹੀਂ ਹੋਇਆ। ਕਿਉਂਕਿ ਅਗਰ ਇਹ ਅਲਾਇੰਸ ਨਹੀਂ ਹੁੰਦਾ, ਜਿਨ੍ਹਾਂ ਅੰਕੜਿਆਂ ਦਾ ਤੁਸੀਂ ਜ਼ਿਕਰ ਕੀਤਾ ਕਿ 2004 ਦੇ ਵਿੱਚ, 2009 ਦੇ ਵਿੱਚ, 2014 ਦੇ ਵਿੱਚ ਇਹ ਪਰਸੈਂਟੇਜ ਆਫ ਵੋਟਸ ਮਿਲੀ ਸੀ, ਤਾਂ ਕਰਕੇ ਅਕਾਲੀ ਭਾਜਪਾ ਨੇ ਵਾਧੂ ਸੀਟਾਂ ਜਿੱਤੀਆਂ, ਪਰ ਅੱਜ ਆਪਾਂ ਕਿੱਥੇ ਖੜੇ ਹਾਂ? ਕੀ ਉਹ ਪਰਸੈਂਟੇਜ ਇੰਟੈਕਟ ਹੈ?
ਬੀਜੇਪੀ ਦੀ ਪਰਸੈਂਟੇਜ ਮੈਂ ਕੁਛ ਦਿਨ ਪਹਿਲੇ ਇੱਕ ਸਰਵੇ ਦੇ ਵਿੱਚ ਦੇਖ ਰਿਹਾ ਸੀਗਾ, ਉਹਨਾਂ ਦੀ ਪਰਸੈਂਟੇਜ ਤੇ 20-21% ਤੱਕ ਕਈ ਕੰਸਟੀਚੁਐਂਸੀ ਦੇ ਵਿੱਚ ਜਾ ਰਹੀ ਹੈ, ਪਰ ਅਕਾਲੀਆਂ ਦੀ ਕੰਸਟੀਚੁਐਂਸੀ ਦੇ ਵਿੱਚ ਜਿੱਥੇ ਉਹ ਲੜਦੇ ਹੁੰਦੇ ਸੀਗੇ ਜਾਂ ਜਿੱਥੇ ਉਹਨਾਂ ਦਾ ਵੋਟ ਬੈਂਕ ਬੈਠਾ ਹੈ, ਉਹ ਪਰਸੈਂਟੇਜ ਘੱਟਦੀ ਹੋਈ ਨਜ਼ਰ ਆਉਂਦੀ ਸੀ, ਪਰ ਫਿਰ ਵੀ ਵਿਨ ਵਿਨ ਸਿਚੁਏਸ਼ਨ ਇਹ ਵੇ ਕਿ ਦੋਨਾਂ ਨੂੰ ਮਿਲਾ ਕੇ ਫਿਰ 35-36% ਬਣ ਰਹੀ ਸੀ। ਜੇ ਇੱਦਾਂ ਦੇ ਹਾਲਾਤ ਦੇ ਵਿੱਚ 35-36% ਤੋਂ ਬਾਅਦ ਬੀਜੇਪੀ 20% ਜਾਂ ਅਕਾਲੀ ਦਲ 15-14% ਤੇ ਰਹਿ ਜਾਂਦਾ ਹੈ ਤੇ ਦੋਨਾਂ ਦੇ ਰਸਤੇ ਇੱਕ ਵੀ ਸੀਟ ਮਿਲਣਾ ਬੜਾ ਔਖਾ ਹੋ ਜਾਂਦਾ ਹੈ। ਇਸ ਹਾਲਾਤ ਦੇ ਵਿੱਚ ਇਹ ਅਲਾਇੰਸ ਮਜਬੂਰੀ ਹੈ, ਔਰ ਮਜਬੂਰੀ ਦੇ ਵਿੱਚ ਕੀਤੇ ਹੋਏ ਅਲਾਇੰਸ ਨੂੰ ਲੋਕਾਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ, ਉਹ ਵੀ ਖਾਸ ਕਰਕੇ ਤਦ ਜਦ ਪੰਥਕ ਸਵਾਲ ਵੱਡੇ ਹੁੰਦੇ ਜਾ ਰਹੇ ਨੇ, ਉਹ ਕਿਸਾਨੀ ਮੁੱਦੇ ਫਿਰ ਇੱਕ ਵਾਰ ਸੜਕਾਂ ਤੇ ਉਤਰ ਰਹੇ ਨੇ, ਤੇ ਇਸ ਮਾਹੌਲ ਦੇ ਵਿੱਚ ਜੇ ਅਕਾਲੀ ਦਲ ਬੀਜੇਪੀ ਦੇ ਨਾਲ ਅਲਾਇੰਸ ਕਰਦਾ ਹੈ ਕਿ ਉਹ ਵੋਟ ਬੈਂਕ, ਉਹ ਵੋਟ ਸ਼ੇਅਰ ਜਿਹਦੇ ਉੱਤੇ ਅਕਾਲੀ ਤੇ ਭਾਜਪਾ ਦੋਨੋਂ ਡਿਪੈਂਡ ਕਰ ਰਹੇ ਨੇ, ਉਹ ਮਿਲੇਗਾ? ਇਹ ਇੱਕ ਸਵਾਲ ਹੈਗਾ ਜਿਹਦੇ ਉੱਤੇ ਅਕਾਲੀ ਖੁਦ ਡਰਦੇ ਨੇ ਕਿ ਅੱਗੇ 2020 ਦੇ ਵਿੱਚ ਜਿਹੜਾ ਸਮਝੌਤਾ ਤੋੜਿਆ ਸੀਗਾ, ਉਸ ਅਲਾਇੰਸ ਤੋੜਨ ਤੋਂ ਬਾਅਦ ਵੀ ਉਹਨਾਂ ਨੂੰ ਕਿਸਾਨੀ ਪੱਖੋਂ ਜਾਂ ਪਿੰਡਾਂ ਦੇ ਵਿੱਚੋਂ ਬਹੁਤੀ ਸਪੋਰਟ ਹਜੇ ਤੱਕ ਨਹੀਂ ਮਿਲੀ। ਉਹ 2022 ਦੀ ਵੋਟਾਂ ਦੇ ਵਿੱਚ, ਚੋਣਾਵਾਂ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਪਰ ਉਹ ਆ ਗਿਆ ਵਾਪਸ? ਇਹ ਇੱਕ ਸਵਾਲ ਹੈ। ਔਰ ਇਸ ਇਲੈਕਸ਼ਨ ਦੇ ਵਿੱਚ ਜੇ ਇਹ ਸਾਬਿਤ ਹੋ ਗਿਆ ਕਿ ਅਕਾਲੀ ਦਲ ਨੂੰ ਇੱਕ ਵਾਰ ਫਿਰ ਲੋਕਾਂ ਨੇ ਰਿਜੈਕਟ ਕਰਤਾ, ਤੇ ਫਿਰ ਅਕਾਲੀ ਦਲ ਦੀ ਅੱਗੇ ਦੀ ਰਾਜਨੀਤੀ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਣੀ। ਬਿਲਕੁਲ ਠੀਕ ਹੈ। ਸੋ ਇਹਦਾ ਮਤਲਬ ਇਹ ਹੈ ਕਿ ਇਹ ਨਿਰਭਰ ਕਰਦਾ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਇੱਛਾ ਸ਼ਕਤੀ ਤੇ ਕਿ ਉਹ ਆਪਣੀ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਸਮਝਾ ਬੁਝਾ ਲੈਂਦੇ ਨੇ ਜਿਹੜੇ ਸ਼ਰਤਾਂ ਦੇ ਜ਼ਰੀਏ ਬੀਜੇਪੀ ਨਾਲ ਸਮਝੌਤੇ ਦੀ ਗੱਲ ਕਰਦੇ ਸੀ। ਸੋ ਅਗਰ ਬੀਜੇਪੀ ਔਰ ਅਕਾਲੀ ਦਲ ਦਾ ਸਮਝੌਤਾ ਹੁੰਦਾ ਤੇ ਕਿਤੇ ਨਾ ਕਿਤੇ ਬੀਜੇਪੀ ਲਈ ਉਹਨਾਂ ਲੀਡਰਾਂ ਨੂੰ ਸਮਝਾਉਣਾ ਥੋੜ੍ਹਾ ਜਿਹਾ ਆਸਾਨ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਸ ਪੋਜੀਸ਼ਨ 'ਚ ਹੈ, ਕਿਉਂਕਿ ਸਰਕਾਰ ਉਹਨਾਂ ਦੀ ਲਗਾਤਾਰ 10 ਸਾਲਾਂ ਤੋਂ ਹੈ, ਮੈਨੂੰ ਲੱਗਦਾ ਬਹੁਤਾ ਜ਼ਿਆਦਾ ਵਿਰੋਧ ਤਾਂ ਨਹੀਂ ਕਰ ਪਾਉਣਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ। ਅੰਦਰ ਖਾਤੇ ਭਾਵੇਂ ਉਹ ਕਿਸੇ ਤਰ੍ਹਾਂ ਦਾ ਵਿਰੋਧ ਕਰਨ, ਪਰ ਖੁੱਲ੍ਹ ਕੇ ਬੀਜੇਪੀ ਵੱਲੋਂ ਵਿਰੋਧ ਦੀ ਉਮੀਦ ਅਸੀਂ ਨਹੀਂ ਕਰਦੇ। ਉਂਝ ਬੀਜੇਪੀ ਦੀ ਜਿਹੜੀ ਅਸੀਂ ਪਿਛਲੇ ਕੁਛ ਸਮੇਂ ਦੀ ਰਾਜਨੀਤੀ ਹੈ, ਜੇ ਅਸੀਂ ਉਹਨੂੰ ਵੇਖੀਏ ਤੇ ਬੀਜੇਪੀ ਨੇ ਪੂਰੇ ਮੁਲਕ 'ਚ ਸਾਰੀਆਂ ਪਾਰਟੀਆਂ ਲਈ ਆਪਣੇ ਦਰਵਾਜ਼ੇ ਤਾਂ ਖੋਲ੍ਹ ਹੀ ਰੱਖੇ ਨੇ ਭਾਸਕਰ ਸਾਹਿਬ, ਕਿ ਜਿਹੜਾ ਮਰਜ਼ੀ ਲੀਡਰ ਹੈ ਉਹ ਸਾਡੀ ਪਾਰਟੀ 'ਚ ਸ਼ਾਮਿਲ ਹੋ ਸਕਦਾ। ਸੋ ਬਹੁਤ ਘੱਟ ਲੀਡਰ ਨੇ ਜਿਨ੍ਹਾਂ ਬਾਰੇ ਇਹ ਚਰਚਾ ਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ, ਹਾਲਾਂਕਿ ਇੱਕ ਦੋ ਨਾਮ ਅਜਿਹੇ ਵੀ ਹੈ, ਉਹਦਾ ਅਸੀਂ ਜ਼ਿਕਰ ਨਹੀਂ ਕਰਦੇ। ਤੇ ਮੈਂ ਤੁਰੰਤ ਹੀ ਜੇ ਕਾਂਗਰਸ ਦੀ ਸਿਆਸਤ ਵਾਲੇ ਪਾਸੇ ਵੀ ਨਾਲ ਆ ਜਾਂ, ਤੇ ਕਾਂਗਰਸ ਤੁਹਾਨੂੰ ਲੱਗਦਾ ਕਿ ਜੋ ਹਾਲਾਤ ਬਣੇ ਨੇ, 2 ਮਹੀਨੇ ਪਏ ਨੇ, 14 ਮਈ ਨੂੰ ਨਾਮਜ਼ਦਗੀ ਹੈ, ਤੁਹਾਨੂੰ ਲੱਗਦਾ ਕਿ ਕਾਂਗਰਸ ਆਸਾਨੀ ਨਾਲ ਜਾਂ ਜਲਦੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦੂ? ਮੇਰਾ ਅੰਦਾਜ਼ਾ ਇਹ ਕਹਿੰਦਾ ਕਿ ਕਾਂਗਰਸ ਵੀ ਹੁਣ ਵਕਤ ਲਊਗੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਲਈ। ਇਹਦਾ ਮਤਲਬ ਹੈ ਅਸੀਂ ਮੰਨ ਕੇ ਚੱਲੀਏ ਕਿ ਅਕਾਲੀ ਬੀਜੇਪੀ ਵੀ ਹਜੇ ਵਕਤ ਲੈਣਗੇ, ਗੱਠਜੋੜ ਕਰਦੇ ਨਹੀਂ ਕਰਦੇ, ਕਾਂਗਰਸ ਵੀ ਵਕਤ ਲਊਗੀ। ਸੋ ਅਗਰ ਪੰਜਾਬ ਦੇ ਵਿੱਚ ਚੋਣਾਂ ਲਗਭਗ 2.5 ਮਹੀਨੇ ਬਾਅਦ 1 ਜੂਨ ਨੂੰ ਹੈ, ਤੇ ਘੱਟੋ ਘੱਟ 2.5 ਮਹੀਨੇ ਲੈ ਸਕਦੀਆਂ ਨੇ ਪੋਲੀਟੀਕਲ ਪਾਰਟੀਆਂ ਆਪਣੇ ਉਮੀਦਵਾਰ ਸਾਰਵਜਨਿਕ ਕਰਨ ਦੇ ਲਈ? ਦੇਖੋ, ਇਹ 2 ਤਰੀਕੇ ਦੀ ਸਥਿਤੀ ਬਣੀ ਹੋਈ ਹੈ। ਜੇ ਉਹ ਬਹੁਤ ਦੇਰ ਤੱਕ ਆਪਣੇ ਕੈਂਡੀਡੇਟਸ ਨੂੰ ਅਨਾਊਂਸ ਨਹੀਂ ਕਰਦੇ ਤੇ ਉਸ ਤੋਂ ਪਹਿਲੇ ਬਹੁਤ ਸਾਰੇ ਕੈਂਡੀਡੇਟਸ ਪਾਰਟੀਆਂ ਬਦਲ ਸਕਦੇ ਨੇ। ਪੰਜਾਬ ਦੇ ਵਿੱਚ ਜਦੋਂ ਤੋਂ ਇਹ ਪਤਾ ਲੱਗਿਆ 4 ਕੋਰਨਰ, ਜੇ ਅਕਾਲੀ ਭਾਜਪਾ ਦਾ ਅਲਾਇੰਸ ਨਹੀਂ ਹੁੰਦਾ ਤੇ 4 ਕੋਰਨਰ ਹੀ ਕੰਟੈਸਟ ਹੈਗਾ। ਇਸ 4 ਕੋਰਨਰ ਕੰਟੈਸਟ ਦੇ ਵਿੱਚ ਕਿਉਂਕਿ ਡਿਮਾਂਡ ਕੈਂਡੀਡੇਟ ਦੀ ਜ਼ਿਆਦਾ ਹੋ ਗਈ, ਸਪਲਾਈ ਘੱਟ ਹੈ, ਯਾਨੀ ਵਿਨੇਬਲ ਜਾਂ ਜਾਣੇ ਪਛਾਣੇ ਚਿਹਰੇ ਘੱਟ ਹੈਗੇ ਨੇ, ਤੇ ਇਹਦੇ ਵਿੱਚ ਸਾਰਿਆਂ ਵਾਸਤੇ ਇੱਕ ਓਪਰਚੁਨਿਟੀ ਦੂਜੀ ਪਾਰਟੀ ਦੇ ਵਿੱਚ ਖੁੱਲ੍ਹੀ ਹੋਈ ਹੈ, ਕਿਉਂਕਿ ਹਜੇ ਵੀ 4 ਸੀਟਾਂ ਦੇ ਉੱਤੇ ਕੈਂਡੀਡੇਟ ਅਨਾਊਂਸ ਕਰਨੇ ਨੇ ਆਮ ਆਦਮੀ ਪਾਰਟੀ ਨੇ।
ਔਰ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਚਾਰ ਕੈਂਡੀਡੇਟ ਹੋ ਸਕਦਾ ਦੂਜੀ ਪਾਰਟੀਆਂ ਦੇ ਹੋਣ, ਜੇ ਆਪਣੀ ਪਾਰਟੀ ਦੇ ਵਿੱਚ ਹੀ ਸੂਟੇਬਲ ਜਾਂ ਅਵੇਲੇਬਲ ਕੈਂਡੀਡੇਟ ਹੁੰਦੇ ਤਾਂ ਹੁਣ ਤੱਕ ਅਨਾਊਂਸ ਕਰ ਦਿੱਤੇ ਹੁੰਦੇ। ਜੇ ਚਾਰ ਪਾਰਟੀ ਚਾਰ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਨਹੀਂ ਕੀਤੇ ਕੈਂਡੀਡੇਟ ਅਨਾਊਂਸ, ਤੁਸੀਂ ਇਹ ਮੰਨ ਕੇ ਚੱਲੋ ਕਿ ਉਹਨਾਂ ਦੀ ਵੀ ਅੱਖ ਕਿਸੇ ਦੂਜੇ ਦੇ ਉੱਤੇ ਹੈ। ਔਰ ਜੇ ਗੱਲ ਕਰੀਏ ਭਾਜਪਾ ਦੀ, ਭਾਜਪਾ ਅਗਰ 13 ਸੀਟਾਂ ਦੇ ਉੱਤੇ ਕੈਂਡੀਡੇਟ ਉਤਾਰਦੀ ਹੈ ਤਾਂ ਫਿਲਹਾਲ ਉਹਨਾਂ ਦੇ ਕੋਲ ਕੈਂਡੀਡੇਟ ਉਹੀ ਹਨ ਜਿਨ੍ਹਾਂ ਨੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੁਆਇਨ ਕੀਤੀ ਸੀ। ਪਟਿਆਲਾ ਚਲੋ ਤੁਸੀਂ ਮੰਨ ਸਕਦੇ ਹੋ ਕਿ ਰਾਣੀ ਪ੍ਰਨੀਤ ਕੌਰ ਉਹਨਾਂ ਇਲੈਕਸ਼ਨ ਲੜ ਸਕਦੇ ਨੇ। ਸੰਗਰੂਰ ਦੇ ਵਿੱਚੋਂ ਕੇਵਲ ਢਿੱਲੋਂ ਅਤੇ ਫਿਰ ਨਾਲੇ ਉਹ ਜਿਹੜੇ ਅਰਵਿੰਦ ਖੰਨਾ ਉਹਨਾਂ ਦਾ ਹੀ ਨਾਂ ਚੱਲਦਾ ਹੈ। ਜਲੰਧਰ ਦੀ ਗੱਲ ਕਰੀਏ ਤਾਂ ਫਿਲਹਾਲ ਕੌਣ ਕੈਂਡੀਡੇਟ ਹੋਏਗਾ ਅਜੇ ਫਾਈਨਲ ਨਹੀਂ ਹੈਗਾ। ਹੁਸ਼ਿਆਰਪੁਰ ਦਾ ਨਾਂ, ਸੋਮ ਪ੍ਰਕਾਸ਼ ਥਾਂਪਲਾ ਉਹਨਾਂ ਤੋਂ ਇਲਾਵਾ ਕਿਹੜਾ ਕੈਂਡੀਡੇਟ ਹੋ ਸਕਦਾ ਹਜੇ ਤੱਕ ਨਹੀਂ ਸਮਝ ਆ ਰਹੀ। ਹੁਣ ਐਸ ਆਰ ਲੱਦੜ ਉਹਨਾਂ ਵੀ ਕਲੇਮ ਕਰਦੇ ਨੇ ਕਿ ਇਹ ਟਿਕਟ ਉਹਨਾਂ ਨੂੰ ਮਿਲੇਗੀ, ਹੁਣ ਇਹ ਕਿਹਨੂੰ ਟਿਕਟ ਮਿਲੇਗੀ ਹਜੇ ਤੱਕ ਭਾਜਪਾ ਦੇ ਵਿੱਚ ਇਹ ਗੱਲ ਫਾਈਨਲਾਈਜ਼ ਨਹੀਂ ਹੋਈ। ਸਿੱਖ ਫੇਸਿਸ ਔਰ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਟਾਈਮ ਇਸ ਤਰ੍ਹਾਂ ਦੇ ਕੈਂਡੀਡੇਟ ਨੂੰ ਉਤਾਰਨਾ ਜਿਨ੍ਹਾਂ ਦਾ ਆਧਾਰ ਪਿੰਡਾਂ ਦੇ ਵਿੱਚ ਵੀ ਹੋਏ, ਇਹ ਭਾਜਪਾ ਵਾਸਤੇ ਬਹੁਤ ਵੱਡਾ ਚੈਲੰਜ ਹੈ। ਜੇ 13 ਦੀ 13 ਸੀਟਾਂ ਦੇ ਉੱਤੇ ਭਾਜਪਾ ਆਪਣੇ ਕੈਂਡੀਡੇਟ ਉਤਾਰ ਦਿੰਦੀ ਹੈ ਤੇ ਫਿਰ ਇਹ ਸਮਝੋ ਕਿ ਅਕਾਲੀ ਦਲ ਦੇ ਨਾਲ ਉਹਨਾਂ ਦਾ ਅਲਾਇੰਸ ਨਹੀਂ ਹੈ। ਇਹ ਵੀ ਗੱਲ ਮੰਨ ਕੇ ਚੱਲੋ ਕਿ 13 ਕੈਂਡੀਡੇਟ ਵਿੱਚੋਂ ਕੁਛ ਇੱਦਾਂ ਦੇ ਕੈਂਡੀਡੇਟ ਵੀ ਹੋ ਸਕਦੇ ਨੇ ਭਾਜਪਾ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਛੱਡ ਕੇ ਭਾਜਪਾ ਜੁਆਇਨ ਕਰਨ, ਔਰ ਕੁਛ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਨ, ਕਿਉਂਕਿ ਕਾਂਗਰਸ ਵਾਲੇ ਤਾਂ ਪਹਿਲੀ ਚਲੇ ਗਏ, ਐਡਵਾਂਸ ਪਾਰਟੀ ਦੇ ਤੌਰ ਤੇ ਚਲੇ ਗਏ, ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਪਰੇਸ਼ਨ ਲੋਟਸ ਚੱਲ ਸਕਦਾ ਹੈ, ਇੱਦਾਂ ਦੀ ਵੀ ਖਬਰਾਂ ਆ ਰਹੀਆਂ। ਇਸ ਕਰਕੇ ਛੇਤੀ ਕਿਤੇ ਕੈਂਡੀਡੇਟ ਨਾ ਅਨਾਊਂਸ ਕਰਨਾ ਉਹ ਵੀ ਪਾਰਟੀਆਂ ਨੂੰ ਭਾਰੀ ਪੈ ਸਕਦਾ, ਔਰ ਜਲਦੀ ਅਨਾਊਂਸ ਕਰਨਾ ਉਹ ਵੀ ਭਾਰੀ ਪੈ ਸਕਦਾ, ਕਿਉਂਕਿ ਜਦ ਤੁਸੀਂ ਕਿਸੇ ਨੂੰ ਅਨਾਊਂਸ ਕਰ ਦਿੰਦੇ ਹੋ ਬਤੌਰ ਕੈਂਡੀਡੇਟ ਔਰ ਉਸ ਤੋਂ ਬਾਅਦ ਉਹ ਅਗਰ ਤੁਹਾਡੀ ਪਾਰਟੀ ਦਾ ਸਿੰਬਲ ਛੱਡ ਕੇ ਦੂਜੀ ਪਾਰਟੀ ਦਾ ਦਾਮਨ ਫੜ ਲੈਂਦਾ ਤੇ ਇਹਦੇ ਵਿੱਚ ਐਂਬੈਰਸਮੈਂਟ ਹੋਰ ਵੀ ਜ਼ਿਆਦਾ ਹੋ ਜਾਂਦੀ। ਬਿਲਕੁਲ, ਆਖਰੀ ਸਵਾਲ ਇੱਕ ਮੈਂ ਲਊਂਗਾ ਔਰ ਮੈਂ ਚਾਹੂੰਗਾ ਕਿ ਬਹੁਤ ਤੁਸੀਂ ਗਹਿਰਾਈ ਦੇ ਨਾਲ ਇਹਦਾ ਅਨਾਲਿਸਿਸ ਕਰੋਗੇ। ਭਾਸਕਰ ਸਾਹਿਬ, ਕਾਰਨ ਕੀ ਹੈ? ਪੋਲੀਟੀਕਲ ਪਾਰਟੀਆਂ ਕੋਲ ਚਿਹਰੇ ਕਿਉਂ ਨਹੀਂ? ਇੰਨੀ ਵੱਡੀ ਸਾਡੀ ਜਨਸੰਖਿਆ, ਐਡੀ ਵੱਡੀ ਗਿਣਤੀ ਦੇ ਵਿੱਚ ਲੀਡਰ, ਇੰਨੀਆਂ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ, ਭਾਵੇਂ ਕੌਮੀ ਪਾਰਟੀ ਬੀਜੇਪੀ ਹੈ, ਭਾਵੇਂ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ, ਆਮ ਆਦਮੀ ਪਾਰਟੀ ਨਵੇਂ ਚਿਹਰਿਆਂ ਨੂੰ, ਨਵੀਂ ਸਿਆਸਤ ਨੂੰ ਰਿਪ੍ਰਜੈਂਟ ਕਰਦੀ ਹੈ ਤੇ ਕਾਂਗਰਸ ਆਜ਼ਾਦੀ ਦਿਵਾਉਣ ਵਾਲੀ ਪਾਰਟੀ, ਉਸ ਵੇਲੇ ਦੀ ਪਾਰਟੀ। ਸੋ ਪੰਜਾਬ 'ਚ ਪਾਰਟੀਆਂ ਕੋਲੇ ਜੇਤੂ ਚਿਹਰੇ ਕਿਉਂ ਨਹੀਂ ਹੈ? ਇਹਦਾ ਕਾਰਨ ਕੀ ਹੈ ਇਹਦੇ ਪਿੱਛੇ? ਦੇਖੋ, ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਕਦੀ ਵੀ ਕੋਈ ਮੂਵਮੈਂਟ ਨਹੀਂ ਚੱਲੀ। ਲੀਡਰਸ਼ਿਪ ਪੈਦਾ ਹੁੰਦੀ ਹੈ ਕਿਸੇ ਮੂਵਮੈਂਟ ਤੋਂ, ਭਾਵੇਂ ਉਹ ਕਿਸਾਨੀ ਮੂਵਮੈਂਟ ਹੋਏ ਜਾਂ ਫਿਰ ਕਿਸੇ ਜਾਤੀ ਵਿਸ਼ੇਸ਼ ਜਾਂ ਕਿਸੇ ਵਰਗ ਦੀ ਮੂਵਮੈਂਟ ਹੋਏ। ਇਸ ਕਰਕੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਕੋਈ ਮੂਵਮੈਂਟ ਨਾ ਚੱਲਣਾ, ਔਰ ਖਾਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਤੋਂ ਹੀ ਸ਼ੁਰੂ ਹੋ ਜਾਓ। 2 ਸਾਲ ਹੋ ਗਏ, ਵੱਡੀ ਜਿੱਤ ਨਾਲ ਇਹ ਸਰਕਾਰ ਬਣੀ ਸੀ 2022 ਦੇ ਵਿੱਚ। ਤੁਸੀਂ ਇਹ ਦੇਖੋ ਕਿੰਨੇ ਕੁ ਚਿਹਰਿਆਂ ਨੂੰ ਇਹਨਾਂ ਨੇ ਵੱਡਾ ਕੀਤਾ। ਜੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਜ਼ਰੂਰ ਹੈਗੇ ਨੇ, ਪਰ ਅਕਸਰ ਆਮ ਆਦਮੀ ਪਾਰਟੀ ਦੇ ਉੱਤੇ ਡਬਲ ਪਾਵਰ ਸੈਂਟਰ ਦਾ ਆਰੋਪ ਲੱਗਦਾ ਰਿਹਾ। ਹੁਣ ਪਿੱਛਾਂ ਜਾ ਕੇ ਮਾੜਾ ਮੋਟਾ ਜਿਹਾ ਉਹ ਘੱਟ ਹੋਇਆ, ਜਦ ਭਗਵੰਤ ਮਾਨ ਉਹਨਾਂ ਨੂੰ ਦੇ ਵਾਸਤੇ ਇੱਕ ਨਾਰਾ ਪੇਸ਼ ਕੀਤਾ ਗਿਆ। ਅਬ ਕੀ ਵਾਰ ਪਾਰਲੀਮੈਂਟ ਦੇ ਵਿੱਚ ਵੀ ਭਗਵੰਤ ਮਾਨ, ਔਰ ਇਸ ਤੋਂ ਪਹਿਲੇ ਹਮੇਸ਼ਾ ਭਗਵੰਤ ਮਾਨ ਉਹਨਾਂ ਆਪਣੇ ਆਪ ਵਿੱਚ ਕੋਈ ਡਿਸੀਜ਼ਨ ਲੈਂਦੇ ਆ ਜਾਂ ਨਹੀਂ ਲੈਂਦੇ ਆ, ਲੈ ਸਕਦੇ ਆ ਜਾਂ ਨਹੀਂ ਲੈ ਸਕਦੇ, ਇਹਦੇ ਉੱਤੇ ਇੱਕ ਸਵਾਲ ਪੈਦਾ ਹੁੰਦਾ ਰਿਹਾ। ਹੁਣ ਆ ਜਾਓ ਅਕਾਲੀ ਦਲ ਦੇ ਵਿੱਚ। ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਬਾਅਦ ਅਗਰ ਤੁਹਾਨੂੰ ਕੋਈ ਬਹੁਤ ਵੱਡਾ ਚਿਹਰਾ ਨਜ਼ਰ ਆਉਂਦਾ ਹੈ ਤਾਂ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਕੋਈ ਨਹੀਂ ਹੈ। ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਫਿਰ ਉਹ ਸੋ ਕਾਲਡ ਵੱਡੇ ਅਕਾਲੀ ਲੀਡਰ, ਉਹਨਾਂ ਨੂੰ ਲੱਗਦੇ ਹੋ ਕਿ ਉਹ ਕਿਸੇ ਵੀ ਤਰੀਕੇ ਨਾਲ ਆਪਣੀ ਅਕਾਲੀ ਦਲ ਦੇ ਪ੍ਰਧਾਨ ਨੂੰ, ਆਪਣੇ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਸਵਾਲ ਵੀ ਪੁੱਛ ਸਕਦੇ ਨੇ? ਮਨਪ੍ਰੀਤ ਅਯਾਲੀ ਉਹਨਾਂ ਨੇ ਸਵਾਲ ਪੁੱਛਿਆ ਸੀਗਾ, ਔਰ ਸਵਾਲ ਬੜਾ ਜੈਨੂਇਨ ਸੀਗਾ
ਪਰ ਉਹਨਾਂ ਦਾ ਕੀ ਹੱਲ ਕੀਤਾ? ਅੱਜ ਉਹ ਖੁਦ ਹਾਸ਼ੀਆ ਤੇ ਚਲੇ ਗਏ, ਔਰ ਹਾਲਾਂਕਿ ਉਹਨਾਂ ਨੇ ਹਾਸ਼ੀਆ ਤੇ ਜਾਣਾ ਖੁਦ ਆਪਣੇ ਆਪ ਹੀ ਮਨਜ਼ੂਰ ਕੀਤਾ। ਹੁਣ ਗੱਲ ਭਾਜਪਾ ਦੀ ਵੀ ਕਰ ਲਈ, ਭਾਜਪਾ ਦੇ ਵਿੱਚ ਤੁਸੀਂ ਇਹ ਦੇਖੋ ਕਿ ਸੁਨੀਲ ਜਾਖੜ ਉਹਨਾਂ ਹੁਣ ਪ੍ਰਧਾਨ ਨੇ, ਜਿਹੜੇ ਉਹ ਟਕਸਾਲੀ ਭਾਜਪਾ ਹੀ ਹੁੰਦੇ ਸੀਗੇ, ਜਿਹੜੇ ਕਈ ਸਾਲਾਂ ਤੋਂ ਗੁਜ਼ਾਰਾ ਜਿਹਾ ਚਲਾ ਰਹੇ ਸੀਗੇ, 23 ਸੀਟਾਂ ਤੇ ਲੜਕੇ, 3 ਸੀਟਾਂ ਤੇ ਲੜਕੇ, ਉਹ ਕਿੱਥੇ ਨੇ ਅੱਜ ਦੀ ਡੇਟ ਵਿੱਚ? ਅਸ਼ਵਨੀ ਸ਼ਰਮਾ ਉਹਨਾਂ ਕਿੰਨੀ ਕੁ ਇੰਪੋਰਟੈਂਸ ਰੱਖਦੇ ਨੇ। ਸੁਨੀਲ ਜਾਖੜ ਉਹਨਾਂ ਦੇ ਹੱਥ 'ਚ ਕਮਾਨ ਸਾਂਭਣ ਤੋਂ ਬਾਅਦ ਤੁਸੀਂ ਨਵੀਂ ਲੀਡਰਸ਼ਿਪ, ਕਿਉਂਕਿ ਉਹਨਾਂ ਦੇ ਵੀ ਡਿਸੀਜਨ ਕੇਂਦਰ ਤੋਂ ਹੀ ਹੁੰਦੇ ਨੇ, ਜਿਹੜੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਆ, ਪਾਰਟੀਆਂ ਲਾਉਂਦੀ ਹੈ ਕਿ ਜੀ ਇਹਨਾਂ ਦੇ ਡਿਸੀਜਨ ਦਿੱਲੀ ਤੋਂ ਹੁੰਦੇ ਨੇ, ਉਹਨਾਂ ਸਾਰੀ ਪਾਰਟੀਆਂ ਦੇ ਡਿਸੀਜਨ ਅੱਜ ਵੀ ਦਿੱਲੀ ਤੋਂ ਹੀ ਹੋ ਰਹੇ ਨੇ। ਤੁਸੀਂ ਉਹਨਾਂ ਦੇ ਵਿੱਚ ਵੀ ਕੋਈ ਇੱਦਾਂ ਦਾ ਲੀਡਰ, ਕਰਿਸਮੈਟਿਕ ਲੀਡਰ ਨਹੀਂ ਹੋਵੋਗੇ ਜਿਹੜਾ ਖੁਦ ਝੰਡਾ ਚੱਕ ਕੇ ਅੱਗੇ ਚੱਲੇ ਤੇ 13 ਦੀ 13 ਸੀਟਾਂ ਜਾਂ 5 ਸੀਟਾਂ ਜਾਂ 8 ਸੀਟਾਂ ਜਿਤਾ ਦੇ। ਕਾਂਗਰਸ ਦੀ ਗੱਲ ਕਰੀਏ ਤੇ ਇਹਦੇ ਵਿੱਚ ਲੀਡਰਸ਼ਿਪ ਕ੍ਰਾਈਸਿਸ ਤੇ ਨਹੀਂ ਹੈਗਾ, ਪਰ ਓਵਰ ਲੀਡਰਸ਼ਿਪ ਕ੍ਰਾਈਸਿਸ ਜ਼ਰੂਰ ਹੈਗਾ। ਹਰ ਵਿਅਕਤੀ ਲੀਡਰ ਹੈ, ਵਰਕਰ ਖਤਮ ਹੋ ਰਹੇ ਆ, ਲੀਡਰ ਵੱਧਦੇ ਜਾ ਰਹੇ ਨੇ। ਔਰ ਤੁਸੀਂ ਰਾਜਾ ਵੜਿੰਗ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਜਾਂ ਫਿਰ ਕੋਈ ਹੋਰ, ਇਹ ਸਾਰੇ ਲੀਡਰ ਨੇ। ਇਹਨਾਂ ਵਿੱਚੋਂ ਕੋਈ ਵਰਕਰ ਹੈਗਾ ਜਾਂ ਵਰਕਰ ਤੋਂ ਲੀਡਰ ਬਣਿਆ ਹੋਇਆ ਕੋਈ ਵੀ ਹੈਗਾ? ਔਰ ਜਦ ਤੁਸੀਂ ਆਪਣੀ ਆਪਣੀ ਵੋਟੀਆਂ ਦੇ ਵਾਸਤੇ ਟਿਕਟ ਭਾਲਣੀ ਸ਼ੁਰੂ ਕਰ ਦਿਓ ਤੇ ਫਿਰ ਵਰਕਰ ਤੇ ਨਿਰਾਸ਼ ਹੁੰਦਾ, ਭਾਵੇਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਜ਼ਰੂਰ ਆ ਜਾਂਦੀ ਹੈ। ਇੱਦਾਂ ਦੇ ਹਾਲਾਤ ਸਾਰੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਬਣੀਆਂ ਹੋਈਆਂ। ਇਹਦੇ ਵਿੱਚ ਤੁਸੀਂ ਚਿਹਰਿਆਂ ਦੀ ਗੱਲ ਕਰਦੇ ਹੋ ਤੇ ਚਿਹਰੇ ਲਿਆਏ ਕਿੱਥੇ? ਜਦ ਗੱਲ ਚਿਹਰਿਆਂ ਦੀ ਹੁੰਦੀ ਹੈ ਜਾਂ ਚਿਹਰਿਆਂ ਦੀ ਲੋੜ ਹੁੰਦੀ ਹੈ ਤੇ ਤੁਸੀਂ ਘਰ ਜਾ ਕੇ ਆਪਣੇ ਪਰਿਵਾਰ ਦੇ ਵੱਲ ਹੀ ਦੇਖਣਾ ਸ਼ੁਰੂ ਕਰ ਦਿੰਦੇ ਹੋ ਤੇ ਫਿਰ ਬਾਕੀ ਜਿਹੜੇ ਚਿਹਰੇ ਜਿਹੜੇ ਸਾਲਾਂ ਤੋਂ ਵੇਟ ਕਰ ਰਹੇ ਨੇ ਕਿ ਸਾਡਾ ਵੀ ਨੰਬਰ ਕਦੀ ਆਏਗਾ, ਅਸੀਂ ਵੀ ਦਰੀਆਂ ਵਿਛਾਉਣ ਤੋਂ ਇਲਾਵਾ ਇੱਕ ਵਾਰ ਸਟੇਜ ਤੇ ਖੜ ਕੇ ਕੋਈ ਭਾਸ਼ਣ ਦੇਵਾਂਗੇ, ਉਹਨਾਂ ਦੀ ਇੱਛਾਵਾਂ ਕਿੱਥੇ ਹੈ? ਗੱਲਾਂ ਵਰਕਰਾਂ ਦੀ ਸਿਰਫ ਸਟੇਜਾਂ ਤੋਂ ਹੁੰਦੀ ਹੈ, ਔਰ ਸਟੇਜ ਤੋਂ ਉਤਰਦੇ ਹੀ ਫਿਰ ਜਦ ਲਿਸਟ ਜਾਂ ਪੈਨਲ ਜਾਂ ਸਕਰੀਨਿੰਗ ਕਮੇਟੀ ਦੇ ਵਿੱਚ ਰਿਪੋਰਟ ਜਾਂਦੀ ਹੈ, ਉਹਦੇ ਵਿੱਚ ਉਹੀ ਨਾਂ ਹੁੰਦੇ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਹੀ ਸੀਮਿਤ ਹੋ ਕੇ ਰਹਿ ਜਾਂਦੇ ਨੇ। ਬਿਲਕੁਲ, ਕਿਸੇ ਹੱਦ ਤੱਕ ਇਹ ਬੜਾ ਜ਼ਰੂਰੀ ਹੈ ਕਿ ਪੋਲੀਟੀਕਲ ਪਾਰਟੀਆਂ ਸਿਰਫ ਸਥਾਪਿਤ ਲੀਡਰਾਂ ਤੋਂ ਜਾਂ ਪਰਿਵਾਰਵਾਦ ਦੀ ਸਿਆਸਤ ਤੋਂ ਬਾਹਰ ਆਉਣ ਔਰ ਆਪਣੇ ਪਰਿਵਾਰਕ ਮੈਂਬਰਾਂ ਨੂੰ, ਪਤਨੀਆਂ ਨੂੰ, ਭਰਾਵਾਂ ਨੂੰ, ਪੁੱਤਰਾਂ ਭਤੀਜਿਆਂ ਨੂੰ ਟਿਕਟਾਂ ਨਾ ਦੇਣ ਔਰ ਨਵੇਂ ਜਿਹੜੇ ਚਿਹਰੇ ਨੇ ਉਹਨਾਂ ਨੂੰ ਮੈਦਾਨ 'ਚ ਉਤਾਰਨ। ਭਾਸਕਰ ਸਾਹਿਬ, ਮੈਂ ਇੱਥੋਂ ਤੱਕ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਅਗਰ ਕੋਈ ਇਸ ਤਰੀਕੇ ਦਾ ਜ਼ਾਬਤਾ ਬਣਾਉਣ ਕਿ ਅਸੀਂ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਜਾਂ ਵਿਧਾਇਕ ਨੂੰ ਸਿਰਫ ਜ਼ਿੰਦਗੀ 'ਚ 2 ਵਾਰ ਟਿਕਟ ਦੇਣੀ, ਅਗਰ ਉਹ ਜਿੱਤ ਗਿਆ ਤਾਂ ਠੀਕ ਹੈ, ਅਗਰ ਉਹ 2 ਵਾਰ MLA ਬਣ ਗਿਆ ਤੇ ਉਹਦੀ ਸੇਵਾ ਸੰਪੂਰਨ ਹੈ ਤੇ ਅਸੀਂ ਅੱਗੇ ਕਿਸੇ ਆਪਣੇ ਆਗੂ ਨੂੰ ਜਾਂ ਵਰਕਰ ਨੂੰ ਮੌਕਾ ਦੇਈਏ। ਸੋ ਮੈਨੂੰ ਲੱਗਦਾ ਭਾਰਤ ਦਾ ਚੋਣ ਕਮਿਸ਼ਨ ਸਾਡਾ ਬਹੁਤ ਵੱਡੇ ਵੱਡੇ ਫੈਸਲੇ ਕਰਦਾ, ਹੋ ਸਕਦਾ ਜਦੋਂ ਪੋਲੀਟੀਕਲ ਪਾਰਟੀਆਂ ਇਸ ਤਰੀਕੇ ਦੇ ਫੈਸਲੇ ਨਹੀਂ ਕਰਦੀਆਂ, ਹੋ ਸਕਦਾ ਭਵਿੱਖ 'ਚ ਕੋਈ ਸਰਕਾਰ ਹਿੰਮਤ ਕਰੇ ਇਸ ਬਾਰੇ ਕੋਈ ਕਾਨੂੰਨ ਲਿਆਵੇ ਕਿ ਅਸੀਂ ਕੋਈ ਵੀ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਹੈ ਉਹ ਸਿਰਫ 2 ਟਰਮ ਦਾ ਬਣਾਉਣਾ ਹੈ, 2 ਟਰਮ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਨੂੰ ਚਿਹਰੇ ਬਦਲਣੇ ਹੀ ਪੈਣਗੇ। ਹੋ ਸਕਦਾ ਕਿਸੇ ਵੇਲੇ ਸਾਡੇ ਮੁਲਕ 'ਚ ਇਹ ਜਿਹੜਾ ਕਾਨੂੰਨ ਹੈ ਆਵੇ ਤੇ ਭਾਰਤੀ ਚੋਣ ਕਮਿਸ਼ਨ ਵੀ ਉਹਦੇ 'ਚ ਆਪਣੀ ਭੂਮਿਕਾ ਨਿਭਾ ਸਕਦਾ। ਉਂਝ ਮੇਰਾ ਇਹ ਮੰਨਣਾ ਹੈ ਕਿ ਜਦੋਂ ਸਾਡਾ ਸੰਵਿਧਾਨ ਲਿਖਿਆ ਗਿਆ, ਸਾਡੇ ਸੰਵਿਧਾਨ ਲਿਖਣ ਦੇ ਵਿੱਚ ਵੱਡੀ ਭੂਮਿਕਾ ਅਦਾ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਸ਼ਾਇਦ ਉਹਨਾਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਭਵਿੱਖ 'ਚ ਸਾਡੇ ਮੁਲਕ ਦੀ ਸਿਆਸਤ ਹੈ ਜਿਹੜੀ ਉਹ ਸਾਰਿਆਂ ਦੇ ਵਿਕਾਸ ਵਾਲੇ ਪਾਸੇ ਨਾ ਸੋਚ ਕੇ, ਸਾਰਿਆਂ ਦੀ ਸ਼ਮੂਲੀਅਤ ਵਾਲੇ ਪਾਸੇ ਨਾ ਸੋਚ ਕੇ ਪਰਿਵਾਰਵਾਦ ਦੀ ਸਿਆਸਤ ਬਣ ਜਾਏਗੀ। ਅਗਰ ਉਹਨਾਂ ਨੇ ਇਸ ਵੇਲੇ ਮਹਿਸੂਸ ਕੀਤਾ ਹੁੰਦਾ ਤੇ ਸ਼ਾਇਦ ਉਹ ਉਸੇ ਵੇਲੇ ਕਾਨੂੰਨ ਬਣਾ ਜਾਂਦੇ ਕਿ ਸਾਡੇ ਮੁਲਕ 'ਚ ਪਾਰਲੀਮੈਂਟ ਜਾਂ ਵਿਧਾਨ ਸਭਾ ਦੀ ਚੋਣ ਕੋਈ ਵੀ ਵਿਅਕਤੀ 2 ਵਾਰ ਤੋਂ ਵੱਧ ਨਹੀਂ ਲੜ ਸਕੇਗਾ। ਅਗਰ ਇਸ ਤਰ੍ਹਾਂ ਦਾ ਕਾਨੂੰਨ ਹੋਵੇ ਫਿਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਨਵੇਂ ਚਿਹਰੇ ਸਾਨੂੰ ਚੋਣਾਂ ਲੜਦੇ ਵਿਖਾਈ ਦੇਣਗੇ। ਤੁਹਾਡਾ ਆਖਿਰ 'ਚ ਛੋਟਾ ਜਿਹਾ ਕਮੈਂਟ। ਦੇਖੋ, ਤੁਸੀਂ ਇਹ ਬੜੀ ਵਧੀਆ ਗੱਲ ਕੀਤੀ ਹੈ, ਇੱਦਾਂ ਦੇ ਇਲੈਕਟੋਰਲ ਰਿਫੋਰਮਸ ਕੌਣ ਲੈ ਕੇ ਆਏਗਾ?
ਕਿਸੇ ਤੋਂ ਕਿਸ ਤੋਂ ਤੁਸੀਂ ਉਮੀਦ ਕਰਦੇ ਹੋ? ਕਿਉਂਕਿ ਰਿਫੋਰਮਸ ਲਿਆਉਣ ਵਾਲੇ ਤੁਸੀਂ ਅੱਖ ਰੱਖੀ ਹੈ ਇਲੈਕਸ਼ਨ ਕਮਿਸ਼ਨ ਤੇ। ਕੱਲ ਇਲੈਕਸ਼ਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸੀਗੀ ਜਿਹਦੇ ਵਿੱਚ ਡੇਟਾ ਅਨਾਊਂਸ ਹੋਈਆਂ। ਉਹਨਾਂ ਡੇਟਾ ਅਨਾਊਂਸ ਦੇ ਟਾਈਮ ਤੁਹਾਨੂੰ ਯਾਦ ਹੋਏਗਾ ਇੱਕ ਪੱਤਰਕਾਰ ਨੇ ਘੱਟ ਤੋਂ ਘੱਟ 3 ਵਾਰ ਇੱਕ ਸਵਾਲ ਪੁੱਛਿਆ। ਉਹ ਸਵਾਲ ਸੀਗਾ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਉਹਨਾਂ ਨੇ ਦੇ ਖਿਲਾਫ਼ ਕੰਪਲੇਂਟਾਂ ਹੋਈਆਂ, ਔਰ ਇੱਦਾਂ ਦੀ ਹੀ ਕੰਪਲੇਂਟਾਂ ਅਪੋਜੀਸ਼ਨ ਲੀਡਰਸ ਦੇ ਖਿਲਾਫ਼ ਵੀ ਹੋਈਆਂ। ਤੁਸੀਂ ਅਪੋਜੀਸ਼ਨ ਲੀਡਰਸ ਦੇ ਖਿਲਾਫ਼ ਤੇ ਐਕਸ਼ਨ ਲੈ ਲਿਆ, ਲੇਕਿਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਕਿਉਂ ਕੋਈ ਐਕਸ਼ਨ ਨਹੀਂ ਲਿੱਤਾ? ਤੁਸੀਂ ਇਹ ਦੇਖੋ ਕਿ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਇਸ ਸਵਾਲ ਨੂੰ ਅਵੋਇਡ ਹੀ ਕਰ ਗਏ ਔਰ ਆਖਿਰ ਤੱਕ ਉਹਨਾਂ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਤੁਸੀਂ ਉਸ ਇਲੈਕਸ਼ਨ ਕਮਿਸ਼ਨ ਤੋਂ ਇਹ ਭਾਲਦੇ ਹੋ ਕਿ ਇੱਦਾਂ ਦੇ ਰਿਫੋਰਮ 2 ਵਾਰ ਤੋਂ ਜ਼ਿਆਦਾ ਨਹੀਂ। ਹੁਣ ਬੀਜੇਪੀ ਦਾ ਆਪਣਾ ਹੀ ਰੂਲ ਹੈ ਕਿ 75 ਸਾਲ ਤੋਂ ਬਾਅਦ ਮਾਰਗਦਰਸ਼ਕ ਮੰਡਲ ਦੇ ਵਿੱਚ ਪਾ ਦਿੰਦੇ ਹੁੰਦੇ। ਅਡਵਾਨੀ ਜੀ ਨੂੰ ਪਾਇਆ ਹੀ ਹੈ ਨਾ, ਹੁਣ ਮੋਦੀ ਸਾਹਿਬ ਵੀ 2 ਸਾਲ ਬਾਅਦ 75 ਸਾਲ ਦੇ ਹੋ ਜਾਣਗੇ, ਉਹਨਾਂ ਨੂੰ ਵੀ ਕੀ ਮਾਰਗਦਰਸ਼ਨ ਦਰਸ਼ਕ ਮੰਡਲ ਦੇ ਵਿੱਚ ਪਾਇਆ ਜਾਏਗਾ? ਇਹ ਹੁਣ ਬੀਜੇਪੀ ਦੀ ਆਪਣੀ ਸੈੱਟ ਕੀਤੀ ਹੋਈ ਪਾਲਿਸੀ ਦੇ ਉੱਤੇ ਤੁਹਾਨੂੰ ਪੁੱਛ ਰਹੇ ਹਾਂ। ਯਾਨੀ ਰੂਲ ਦੂਜਿਆਂ ਵਾਸਤੇ ਬਣਾਏ ਜਾਂਦੇ ਨੇ, ਮੇਰੇ ਆਪਣੇ ਰੂਲ, ਮੈਂ ਆਪਣੇ ਹਿਸਾਬ ਨਾਲ ਚਲਾਊਂਗਾ, ਤੋੜੂੰਗਾ, ਮਰੋੜੂੰਗਾ, ਜੋ ਮਰਜ਼ੀ ਕਰ ਲਓ। ਇਹ ਇੱਕ ਪੋਲੀਟੀਕਲ ਸਿਸਟਮ ਦਾ ਪਾਰਟ ਬਣ ਚੁੱਕਿਆ ਹੈ ਔਰ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਵੀ ਰਹਿਤ ਨਹੀਂ। ਅੱਜ ਇਲੈਕਟੋਰਲ ਬੋਂਡ ਦੀ ਜਿਹੜੀ ਗੱਲ ਚੱਲ ਰਹੀ ਸੀ ਉਹਦੇ ਵਿੱਚ 2018 ਤੋਂ ਬਾਅਦ 19 ਤੋਂ ਪਹਿਲੇ ਜਿਹੜੇ ਇਲੈਕਟੋਰਲ ਬੋਂਡ ਸੀਗੇ ਉਹਦਾ ਵੀ ਕੁਛ ਡਾਟਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਔਰ ਜਿਸ ਤਰੀਕੇ ਨਾਲ ਇਹ ਡਾਟਾ ਪੇਸ਼ ਕੀਤਾ ਜਾ ਰਿਹਾ SBI ਜਾਂ ਇਲੈਕਸ਼ਨ ਕਮਿਸ਼ਨ ਵੱਲੋਂ, ਉਹਨੂੰ ਕਹਿੰਦੇ ਨੇ ਕਿ ਵੀ ਤੈਨੂੰ ਸਾਰਾ ਕੁਛ ਸਿਖਾ ਦਾਂਗੇ, ਪੇੜ ਤੇ ਚੜ੍ਹਨਾ ਨਹੀਂ ਸਿਖਾਵਾਂਗੇ। ਇਸ ਤਰੀਕੇ ਨਾਲ ਇਹ ਡਾਟਾ ਅੱਧਾ ਅਧੂਰਾ ਤੇ ਦਿੱਤਾ ਜਾ ਰਿਹਾ ਕਿ ਕਰ ਲਓ, ਡੀਕੋਡ ਕਰ ਸਕਦੇ ਹੋ, ਇੰਨੇ 'ਚ ਇਲੈਕਸ਼ਨ ਦਾ ਟਾਈਮ ਲੰਘ ਜੂਗਾ, ਉਸ ਤੋਂ ਬਾਅਦ ਤੁਸੀਂ ਲਕੀਰ ਪਿੱਟਦੇ ਰਹੋ। ਯਾਨੀ ਸਿਸਟਮ ਦਾ ਪਾਰਟ ਇੱਦਾਂ ਦਾ ਹੈਗਾ ਹੈ ਕਿ ਕੋਈ ਇਨਫੋਰਮੇਸ਼ਨ ਦਿਓ, ਇੰਨੀ ਕੁ ਦਿਓ, ਅਧੂਰੀ ਜੀ ਦਿਓ, ਜਿਹੜਾ ਇਹ ਮੁੱਦਾ ਕਦੀ ਬਣ ਹੀ ਨਾ ਪਾਏ। ਹੁਣ ਮਾਹੌਲ ਤੇ ਗਰਮ ਹੈਗਾ ਇਲੈਕਸ਼ਨ ਦਾ, ਉਹਨਾਂ ਵਿੱਚ ਮੁੱਦੇ ਵੀ ਨਵੇਂ ਗਰਮਾਣਗੇ। ਇਹਨਾਂ ਗੱਲਾਂ ਨੂੰ ਕਰਕੇ ਤੁਸੀਂ ਇੱਕ ਨਵਾਂ ਮੁੱਦਾ ਪੈਦਾ ਕਰ ਰਹੇ ਹੋ ਕਿ ਵੀ ਗੱਲਾਂ ਤੁਹਾਡੀ ਡੱਲਾ ਸਾਹਿਬ ਬਹੁਤ ਵਧੀਆ ਹੈ, ਪਰ ਇਹ ਸੁਣਦਾ ਕੌਣ ਹੈ? ਇਹਨੂੰ ਅਪਣਾਉਣ ਵਾਲੇ ਕਿਉਂ ਅਪਣਾਉਣਗੇ? ਕਿਉਂਕਿ ਸਭ ਤੋਂ ਪਹਿਲੇ ਤਾਂ ਇਸ ਤਰੀਕੇ ਦੇ ਰੂਲਸ ਦੇ ਸ਼ਿਕਾਰ ਉਹ ਖੁਦ ਹੋਣਗੇ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਹੋਏ ਨੇ। ਅਤੇ ਗੱਲਾਂ ਚੰਗੀਆਂ, ਹੁਣ ਇੰਪਲੀਮੈਂਟ ਕੌਣ ਕਰੇਗਾ? ਸਾਡਾ ਕੰਮ ਹੈ ਗੱਲਾਂ ਕਰਨਾ ਔਰ ਅਸੀਂ ਗੱਲਾਂ ਕਰ ਰਹੇ ਹਾਂ, ਔਰ ਗੱਲਾਂ ਕੌਣ ਸਾਡੀ ਅਪਣਾਉਂਦਾ ਹੈ, ਇਹ ਗੱਲ ਵੀ ਦੇਖਣ ਵਾਲੀ। ਬਿਲਕੁਲ ਸਰ, ਸੋ ਕਹਿੰਦੇ ਨੇ ਜਦੋਂ ਕੋਈ ਦੀਵਾ ਜਗਦਾ ਉਹਦੀ ਲੋ ਤਾਂ ਹੁੰਦੀ ਹੈ, ਉਹਦਾ ਫਾਇਦਾ ਸ਼ਾਇਦ ਚਿਰਾਂ ਬਾਅਦ ਮਹਿਸੂਸ ਕੀਤਾ ਜਾਂਦਾ। ਸੋ ਭਵਿੱਖ 'ਚ ਜਦੋਂ ਹੁਣ ਬਦਲਾਅ ਹੋਣੇ ਸ਼ੁਰੂ ਹੋਏ ਨੇ, ਸ਼ਾਇਦ ਇਹ ਬਦਲਾਅ ਵੀ ਹੋਣ। ਪਰ ਇੱਕ ਜਿਹੜਾ ਮਾਰਗਦਰਸ਼ਕ ਮੰਡਲ ਵਾਲੀ ਤੁਸੀਂ ਗੱਲ ਕੀਤੀ ਸੀ, ਮੈਂ ਦੇਖਿਆ ਇਸ ਵਾਰ ਬੀਬੀ ਪ੍ਰਨੀਤ ਕੌਰ ਹੁਣਾਂ ਨੂੰ ਜੇ ਟਿਕਟ ਮਿਲਦੀ ਹੈ ਉਹ ਵੀ ਲਗਭਗ 80 ਸਾਲ ਦੇ ਕਰੀਬ ਨੇ, ਅਤੇ ਕਈ ਅਜਿਹੇ ਲੀਡਰ ਨੇ, ਸ਼ਿਵਰਾਜ ਸਿੰਘ ਚੌਹਾਨ ਮੈਨੂੰ ਲੱਗਦਾ ਉਹ ਵੀ 75 ਪਾਰ ਕਰ ਚੁੱਕੇ ਨੇ। ਸੋ ਬਹੁਤ ਸਾਰੇ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਦੀਆਂ ਉਮਰਾਂ ਸਿਆਣੀਆਂ ਨੇ। ਸੋ ਠੀਕ ਹੈ ਤੁਹਾਡੀ ਗੱਲ ਕਿ ਰੂਲ ਕਈ ਵਾਰੀ ਬਣਾਉਣ ਵਾਲੇ ਰੂਲ ਮੇਕਰ ਹੀ ਰੂਲ ਬ੍ਰੇਕਰ ਹੋ ਜਾਂਦੇ ਨੇ। ਸੋ ਕਈ ਵਾਰੀ ਉਹ ਇਹਨੂੰ ਰੂਲ ਨਹੀਂ ਮੰਨਦੇ, ਉਹ ਕਹਿੰਦੇ ਨਿਯਮ ਨਹੀਂ ਸੀ, ਇਹ ਇੱਕ ਸਮੇਂ ਦੀ ਲੋੜ ਸੀ, ਅਤੇ ਅੱਜ ਦੇ ਮੁਤਾਬਕ ਜੋ ਸਮੇਂ ਦੀ ਲੋੜ ਹੈ ਅਸੀਂ ਉਹ ਫੈਸਲੇ ਕਰਦੇ ਹਾਂ। ਖੈਰ, ਬਹਿਸ ਬੜੀ ਦਿਲਚਸਪ ਹੈ, ਇਸ ਮੁੱਦੇ ਤੇ ਆਉਂਦੇ ਸਮੇਂ 'ਚ ਵੀ ਅਸੀਂ ਬਹਿਸ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਭਾਸਕਰ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ। ਧੰਨਵਾਦ ਡੱਲਾ ਸਾਹਿਬ, ਧੰਨਵਾਦ।